ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਭਾਂਡਿਆਂ ਦੇ ਨਾਮ, ਯੂਟੈਂਸਿਲਸ ਇਨ ਇੰਗਲਿਸ਼ ਐਂਡ ਪੰਜਾਬੀ, ਰਸੋਈ ਵਿੱਚ ਯੂਜ਼ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਨਾਮ ਕਰਾਂਗੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ। ਚਲੋ ਆਪਾਂ ਫਸਟ ਤੋਂ ਸ਼ੁਰੂ ਕਰਦੇ ਹਾਂ। ਗੜਬੀ, ਅਰਾਊਂਡ ਵਾਟਰ ਪੋਟ, ਚਾਹ ਵਾਲੀ ਕੇਟਲੀ, ਉਸਨੂੰ ਆਪਾਂ ਇੰਗਲਿਸ਼ 'ਚ ਕਹਾਂਗੇ ਟੀ ਪੋਟ। ਆਟਾ ਛਾਣਨੀ, ਸਿਵ ਜਾਂ ਸਿਫਟਰ, ਕੋਟਨੀ ਚਰਨਰ, ਕੁੱਕਰ ਪ੍ਰੈਸ਼ਰ ਕੁੱਕਰ, ਕੈਂਚੀ ਸੀਜ਼ਰਸ, ਲਾਈਟਰ, ਲਾਈਟਰ ਨੂੰ ਇੰਗਲਿਸ਼ ਲਾਈਟਰ ਹੀ ਕਹਾਂਗੇ, ਕੇਨੀ ਜਾਂ ਡੋਲੀ, ਇਸਨੂੰ ਆਪਾਂ ਮਿਲਕ ਕੇਨ ਕਹਿੰਦੇ ਹਾਂ। ਟੋਕਰੀ, ਡਿਸ਼ ਰੈਕ ਜਾਂ ਯੂਟੈਂਸਿਲਸ ਰੈਕ, ਜੋ ਭਾਂਡੇ ਰੱਖਣ ਵਾਲੀ ਟੋਕਰੀ ਹੁੰਦੀ ਹੈ ਉਹਨੂੰ ਆਪਾਂ ਇੰਗਲਿਸ਼ 'ਚ ਡਿਸ਼ ਰੈਕ ਜਾਂ ਯੂਟੈਂਸਿਲ ਰੈਕ ਕਹਿੰਦੇ ਹਾਂ। ਨਿੰਬੂ ਨਿਚੋੜ, ਲੈਮਨ ਸਕੀਜ਼ਰ, ਆਲੂ ਮਿਕਸਚਰ, ਪੋਟੈਟੋ ਮਾਸ਼ਰ, ਕੂੜਾਦਾਨ ਡਸਟਬੀਨ, ਛਾਨੀ ਕੋਲੈਂਡਰ, ਪਲੇਟ ਸੌਸਰ, ਚਾਹ ਪੌਨੀ ਟੀ ਸਟੇਨਰ, ਪ੍ਰਾਂਤ ਹਾਈ ਹਿਪਡ ਪਲੇਟਰ, ਲੂਣਦਾਨੀ ਮਸਾਲਾ ਬਾਕਸ, ਟੋਕਰੀ ਵੈਜੀਟੇਬਲ ਬਾਸਕਿਟ, ਰੋਟੀ ਰੱਖਣ ਵਾਲਾ ਡੱਬਾ ਕੇਸ ਰੋਲ, ਮਿਕਸੀ ਬਲੈਂਡਰ, ਖੁਰਚਣਾ ਸਪੈਟੂਲਾ, ਥਾਲੀ ਡਿਸ਼, ਪਲੇਟ ਸੌਸਰ, ਚਾਕੂ ਨਾਈਫ, ਕੌਲੀ ਵਾਊਲ, ਕੜਛੀ ਲੇਡਲ, ਕੱਦੂਕਸ ਗਰੇਟਰ, ਤਵਾ ਗਰੀਡਲ ਜਾਂ ਫਲੈਟ ਪੈਨ, ਡਾਕੋਟਨਾ ਮੋਟਰ ਜਾਂ ਪੈਸਟਲ, ਪਤੀਲਾ ਜਾਂ ਤੁਸਕ, ਸਟੀਲ ਪੋਟ, ਕੜਾਈ ਵੋਕ, ਚਿਮਟਾ ਟੋਂਗਸ, ਬਾਲਟੀ ਬਕਟ, ਡਿੱਬੇ ਕੰਟੇਨਰ, ਫਰਿੱਜ ਨੂੰ ਆਪਾਂ ਫਰਿੱਜ ਹੀ ਕਹਾਂਗੇ, ਗੈਸ ਗੈਸ ਸਟੋਵ, ਢੱਕਣ ਲਿੱਡ, ਸਿੱਲਣ ਵਾਲਾ, ਕੋਈ ਵੀ ਚੀਜ਼ ਸਿੱਲਦੇ ਹਾਂ ਆਪਾਂ ਆਲੂ ਪਿਆਜ਼ ਤਾਂ ਉਸਨੂੰ ਆਪਾਂ ਕੀ ਕਹਾਂਗੇ, ਪਿੱਲਰ, ਚਕਲਾ ਬੇਲਣਾ ਰੋਲਿੰਗ ਪਿੰਨ, ਕੰਡੇਦਾਰ ਚਮਚਾ ਫੋਕ, ਸਿੰਪਲ ਚਮਚਾ ਸਪੂਨ, ਚਰਨੀ ਫਰਾਈਂਗ ਸਪੂਨ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ। ਥੈਂਕਸ ਫੋਰ ਵਾਚਿੰਗ।